ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ। ਹਮੇਸ਼ਾ ਮਿਹਨਤਾਂ ਕਾਵਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਨਾਜ਼ਰੀਨ ਹਾਜ਼ਰ ਹੁੰਦੇ ਹਾਂ। ਹਮੇਸ਼ਾ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਜਾਨਵਰ ਉਹ ਵਿਖਾਇਆ ਕਿ ਜਿਹੜਾ ਸਾਡੇ ਦਿਲ ਲੱਗਿਆ, ਜਿਹੜੇ ਜਾਨਵਰ ਨੇ ਸਾਨੂੰ ਕਿਹਾ ਕਿ ਸਾਡੀ ਵੀਡੀਓ ਲਗਾਓ ਔਰ ਵੀਰਾਂ ਭਰਾਵਾਂ ਦੋਸਤਾਂ ਨੂੰ ਤਸੱਲੀ ਕਰਾਓ। ਹਮੇਸ਼ਾ ਉਹ ਜਾਨਵਰ ਲਾਇਆ ਹੈ, ਇੰਝ ਨਹੀਂ ਕਿ ਜਿਹੜਾ ਜਾਨਵਰ ਕਿਸੇ ਭਰਾ ਨੂੰ ਵੀ ਚੰਗਾ ਨਾ ਲੱਗੇ ਅਤੇ ਵੀਡੀਓ 'ਤੇ ਅਪਲੋਡ ਕਰ ਦਈਏ ਜਾਂ ਵੀਡੀਓ ਬਣਾਉਣੀ ਸ਼ੁਰੂ ਕਰ ਦਈਏ। ਦੋਸਤਾਂ ਇੰਝ ਤਾਂ ਕਦੇ ਵੀ ਤੁਹਾਡਾ ਦੇਸ਼ ਪੰਜਾਬ ਟੀਵੀ ਦਾ ਮਿਆਰ ਨਹੀਂ ਰਿਹਾ। ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਦੱਸਦਾ ਜਾਵਾਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਨਵੇਂ ਸਾਡੇ ਭਰਾ ਜੁੜਨ ਵਾਲੇ ਨੇ। ਅੱਜ ਦੇ ਦੋਵੇਂ ਜਾਨਵਰ ਬਹੁਤ ਮਾਸ਼ਾਅੱਲਾ ਆਊਟ ਕਲਾਸ ਦੇ ਹੋਣ ਲੱਗੇ ਨੇ। ਦੋ ਜਾਨਵਰ ਦੋ ਪ੍ਰਿੰਟ ਦੇ ਵਿੱਚ, ਜਿਹੜੇ ਪ੍ਰਿੰਟ ਕਿ ਪੂਰੀ ਏਸ਼ੀਆ ਕੀ ਪੂਰੀ ਦੁਨੀਆ 'ਤੇ ਮਸ਼ਹੂਰੋ ਮਰੂਫ ਨੇ। ਪਹਿਲੇ ਰੈੱਡ ਫਰੀਜ਼ੀਅਨ ਪਿਓਰ ਚੋਲਸਤਾਨੀ ਕ੍ਰਾਸ ਗਾਂ, ਮਾਸ਼ਾਅੱਲਾ ਲੋਕ ਕਹਿ ਦਿੰਦੇ ਨੇ ਕਿ ਸ਼ਾਹਜ਼ੋਰ ਜਿੰਨੀ ਲੰਮੀ ਅਤੇ ਕਹਿ ਦਿੰਦੇ ਨੇ ਜਨਾਬੇ ਲਈ ਕੱਦ ਕਾਟ ਬਹੁਤ ਜ਼ਿਆਦਾ। ਅੱਲਾ ਦੇ ਫਜ਼ਲ ਨਾਲ ਕੋਈ ਦੋਸਤੋ ਵੀਡੀਓ ਕੋਈ 4 ਤੇ 13 ਤੇ 14 ਤੇ 15 ਤੇ ਕਰਦੇ ਜਾਂ 16 ਤੇ 20 ਤੇ ਕਰਦੇ ਨਹੀਂ ਬਣਾਉਂਦੇ। ਪਹਿਲੇ ਪੁਆਇੰਟ 'ਤੇ ਵੀਡੀਓ ਬਣਦੀ ਪਈ ਹੈ। ਗਾਏ ਦੀ ਹਾਈਟ ਵੇਖ ਲੈਣ, ਸਿਰੋਂ 200 ਮੋਨੀ ਹੈ, ਗੱਭਣ ਹੈ, ਰੈੱਡ ਫਰੀਜ਼ੀਅਨ ਪਿਓਰ ਜਨਾਬੇ ਲਈ ਗਰਮੀ ਸਰਦੀ ਦੀ ਸ਼ਹਿਜ਼ਾਦੀ ਹੈ, ਚੋਲਸਤਾਨ ਅਤੇ ਜਨਾਬੇ ਲਈ ਰੈੱਡ ਫਰੀਜ਼ੀਅਨ ਦਾ ਕ੍ਰਾਸ ਹੈ ਔਰ ਕਮਾਲ ਦੀ ਗੱਭਣ ਹੈ, ਚੰਗਾ ਥਣ ਲੱਗਿਆ ਹੈ। ਵੇਨਾ ਕੈਮਰਾਮੈਨ ਸਾਹਿਬ ਹਰ ਚੀਜ਼ ਦੀਆਂ ਵਿਖਾ ਦੇ, ਜੋ ਦੁੱਧ ਦੀ ਆਰਡਰ ਕੁਆਲਿਟੀ ਦੀਆਂ ਵੇਨਾ ਨਜ਼ਰ ਆ ਰਹੀਆਂ ਨੇ ਔਰ ਜਿਹੜਾ ਦੁੱਧ ਵਾਲਾ ਨਾਲੀ ਜਾ ਰਹੀ ਹੈ ਇਸ ਤਰੀਕੇ ਜਨਾਬੇ, ਜਿਵੇਂ 6 ਇੰਚ ਦਾ ਪੈਪ ਜਨਾਬੇ ਸਪਲਾਈ ਜਾ ਰਹੀ ਹੈ ਸਿੱਧੀ ਜਨਾਬੇ ਲਈ ਆਰਡਰ ਕੁਆਲਿਟੀ ਦੇ ਵਿੱਚ। ਮੇਰੇ ਵੀਰ ਭਰਾ ਦੋਸਤ ਦੇਖਦੇ ਪਏ ਨੇ, ਹਮੇਸ਼ਾ ਆਪਣੇ ਭਰਾਵਾਂ ਨੂੰ ਤਸੱਲੀਆਂ ਕਰਾਈਆਂ ਨੇ। ਇਹ ਜਿਹੇ ਜਾਨਵਰ ਵਿਖਾਏ ਨੇ ਕਿ ਜਿਹੜੇ ਮੇਰੇ ਵੀਰ ਅੱਜ ਲੈ ਲੈਣਗੇ ਅਗਲੇ ਸੂਏ ਉਹ ਜਾਨਵਰ ਆਦੇ ਨਾਲ ਪੈਸੇ ਨਾਦ ਨਾਦ ਰਲਾਵੇਗਾ। ਇੰਝ ਨਹੀਂ ਕਿ ਜਿਹੜਾ ਲੈ ਲਿਆ ਸੂਏ ਦੇ ਵਿੱਚ ਹੀ ਜਾਨਵਰ ਕੀ ਕਰੇ ਗਿਆ ਅਤੇ ਜਨਾਬੇ ਲਈ 8ਵੇਂ ਦਿਨ ਵੇਚਣਾ ਪਏਗਾ, ਮਗਰੋਂ ਲਾਉਣਾ ਪਏਗਾ। ਉਹ ਜਾਨਵਰ ਕਦੇ ਨਹੀਂ ਵਿਖਾਇਆ, ਜਾਨਵਰ ਇਹ ਜਾ ਦੇਣਾ ਲੈ ਕੇ ਵੀਰਾਂ ਨੂੰ ਔਰ ਇਹ ਜਾ ਵੀਡੀਓ 'ਤੇ ਲਾਉਣਾ ਕਿ ਮੇਰੇ ਵੀਰ ਭਰਾ ਦੋਸਤ ਲੈ ਲੈਣ ਫਿਰ ਦੁਬਾਰਾ ਤੇ ਦਿਲ ਨਾ ਕਰੇ ਵੇਚਣ ਨੂੰ। ਔਰ ਮਾਸ਼ਾਅੱਲਾ ਹੁਣੇ ਨਾ ਵੱਛੀ ਦਾ ਆਰਡਰ ਕੁਆਲਿਟੀ ਜਨਾਬ, 2 ਮਣ ਦਾ ਮਾਸ਼ਾਅੱਲਾ ਆਰਡਰ ਕੁਆਲਿਟੀ ਔਰ ਮਾਸ਼ਾਅੱਲਾ ਵੱਛੀ ਨੂੰ ਲੱਗਿਆ ਹੈ। ਜਿਵੇਂ ਜਿਵੇਂ ਵੱਛੀ ਨੇ ਵਕਾ ਕਰਨਾ, ਅੱਲਾਹ ਦੇ ਹੁਕਮ ਨਾਲ ਸੂਹ ਦੀ ਸਾਰ ਤੇ ਨਾਲ ਲਾ ਕੇ ਜਨਾਬੇ ਲੱਗੀ ਤੁੰਨੀ ਤੱਕ ਹੁਣ ਵੀ ਲਾਈ ਫਿਰਦੀ ਹੈ, ਪਰ ਵੱਛੀ ਨੇ ਫੁੱਟ ਫੁੱਟ ਦੋਸਤੋਂ ਨਿਕਲ ਜਾਣਾ। ਔਰ ਪ੍ਰਿੰਟ ਵੱਛੀ ਦਾ, ਹਾਜੀ ਸਾਹਿਬ ਦਾ ਮਾਸ਼ਾਅੱਲਾ ਜਾਨਵਰ, ਦੋਵੇਂ ਮਾਸ਼ਾਅੱਲਾ ਬਹੁਤ ਕਮਾਲ ਦੇ ਨੇ। ਅਲਹਮਦੁਲਿਲਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਔਰ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਜਾਨਵਰ ਪਸੰਦ ਆਣਗੇ ਔਰ ਜਾਨਵਰ ਇੰਜ ਦੇ ਦਿਖਾਏ ਨੇ ਕਿ ਜਿਹੜੇ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਕਾਰੀ ਫੱਬ ਜਾਏਗਾ, ਜਿਵੇਂ ਇੱਥੇ ਖਲੀਆਂ ਚੰਗੀਆਂ ਲੱਗਦੀਆਂ ਮੈਨੇ ਆਰਡਰ ਕੁਆਲਿਟੀ ਵੇਖਣ ਪਹਿਲੇ ਔਰ ਕਸਵਾ ਤੋੜ ਜਨਾਬੇ ਲਈ ਸੂਹ ਤੋਂ ਲੈ ਕੇ ਜਨਾਬੇ ਲਈ ਤੋੜ ਤੁੰਨੀ ਤੱਕ ਇੱਕੋ ਜਿਹਾ ਆਰਡਰ ਕੁਆਲਿਟੀ ਹੈ। ਇੰਜ ਨਹੀਂ ਕਿ ਦੂਸਰਾ ਟੁੱਟਿਆ ਵਾਨਾ ਹੋਵੇ, ਲਮਕਦਾ ਫਿਰੇ ਔਰ ਜਨਾਬੇ ਲਈ ਇੰਜ ਕਰਦਾ ਫਿਰੇ ਜਿਵੇਂ ਸਬਜ਼ੀ ਜਨਾਬੇ ਲਈ ਸ਼ੋਪਰ 'ਚ ਪਾਈ ਹੁੰਦੀ, ਉਹ ਜਿਹੀਆਂ ਗੱਲਾਂ ਨਹੀਂ। ਪੂਰੀ ਤਸੱਲੀ ਐਸਾ ਮੈਂ ਥਣ ਪਾਸ ਕਰਾ ਸਕਦੇ ਵੀਰਾਂ ਭਰਾਵਾਂ ਦੋਸਤਾਂ ਨੂੰ, ਭਾਈ ਜਾਨ ਥਣ ਪਾਸ ਆ ਜਾ, ਥਣਾ ਹੀ ਕਰਾ ਦਿਓ ਜਾਂ ਮੁੰਡੇ ਨੂੰ ਕਹੋ ਬਹੁ ਥਣ ਪਾਸ ਕਰਾ ਦਿਓ। ਅੱਛੀ ਦੇ ਗੱਭਣ ਦੇ ਥਣ ਪਾਸ ਕਰਾਉਣ ਲੱਗੇ ਹਾਂ ਵੀਰ ਭਰਾ ਦੋਸਤ, ਇੰਝ ਨਾ ਕਹਿਣ ਕਿ ਗੱਭਣ ਦੇ ਥਾਣਾ ਤੋਂ ਲੈ ਕੇ ਹਰ ਗੱਲ ਦੀ ਗਰੰਟੀ ਹੋਏਗੀ। ਆਈ ਸਾਹਿਬ ਇਵੇਂ ਗੱਲ ਹੈ, ਹਮੇਸ਼ਾ ਤਰ੍ਹਾਂ ਅਰਲਾ ਦੇ ਹੁਕਮ ਨਾਲ ਜਦੋਂ ਜੱਜ ਸਾਹਿਬ ਨੇ ਆਦੇ ਵਾਸਤੇ ਪਹਿਲੇ ਖਰਾ ਕਰਕੇ ਲੈਣਾ, ਫਿਰ ਵੀਰਾਂ ਨੂੰ ਖਰਾ ਕਰਕੇ ਹੀ ਦੇਣਾ ਇਨਸ਼ਾਅੱਲਾ। ਔਰ ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹ ਅਤਲੀ ਤਤਲੀ ਰੱਖ ਬਹੁਏ, ਇਹ ਮੇਰੇ ਵੀਰ ਵੇਖਦੇ ਪਏ ਨੇ, ਚੰਗੀ ਰੱਖ ਕੇ ਨੱਪ ਵੀਰਾਂ ਨੂੰ ਪਤਾ ਲੱਗੇ ਛੱਡ ਯਾਰ ਕੋਈ ਛੱਡ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਵੱਛੀ ਨਾਲ ਹੀ ਪਿਸ਼ਾਬ ਕਰਨ ਲੱਗ ਪਈ, ਪਿਸ਼ਾਬ ਨਾਲ ਹੀ ਪਸਮਣ ਲੱਗ ਪਈ। ਦੋਸਤੋ ਇਹਨਾਂ ਨੂੰ ਕਿਹਾ ਜਾਂਦਾ ਬ੍ਰਾਂਡ, ਗੱਲਾਂ ਬਾਤਾਂ ਨਾਲ ਨਹੀਂ ਔਰ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਨਜ਼ਰ ਦੇ ਸਾਹਮਣੇ। ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਤੁਹਾਨੂੰ ਤਸੱਲੀਆਂ ਕਰਾਈਆਂ ਨੇ ਔਰ ਜਾਨਵਰ ਅੱਲਾ ਦੇ ਹੁਕਮ ਨਾਲ ਉਹ ਵਿਖਾਇਆ ਕਿ ਜਿਹੜਾ ਆਦੇ ਦਿਲ ਲੱਗਿਆ। ਦੋਸਤੋ ਨਾ ਛੱਡ ਨਾ ਫੁਆਰ ਨਾ ਮਰੋੜ, ਹਰ ਪਾਸੋਂ ਖਰੀਏ ਇਨਸ਼ਾਅੱਲਾ ਤਾਲਾ, ਗੱਭਣ ਦੀਆਂ ਇੰਨੀਆਂ ਤਸੱਲੀਆਂ
ਕੋਈ ਨੀ ਕਰਾਵੇਗਾ। ਭਾਈ ਸਾਹਿਬ ਤੋਂ ਪੁੱਛਾਂਗੇ ਐਸਾ ਮੂੰਹ ਕਿਵੇਂ ਬਚਿਆ, ਦੂਸਰਾ ਵਾਰਾ ਸੁਣਾ ਲੈ ਕੰਨੀ ਵਾਲਾ, ਅੱਠਵਾਂ ਦੰਦ ਗਾਂ ਨੇ ਪੂਰਾ ਨੀ ਕੀਤਾ, ਦੂਸਰੀ ਗਾਂ ਜਨਾਬੇ ਲਈ ਕਾਲੇ ਪ੍ਰਿੰਟ ਦੇ ਵਿੱਚ ਡੱਬਾਂ ਦੇ ਵਿੱਚ ਵੱਡੀ ਗਾਂ ਔਰ ਮਾਸ਼ਾਅੱਲਾ ਆਰਡਰ ਕੁਆਲਿਟੀ ਚੁੱਪੀ ਗਾਂ ਖੜੀ ਦੋਸਤੋ, ਜੇਰਾ ਕੈਮਰਾਮੈਨ ਸੇ ਵਿਖਾ ਦੇ ਮੇਰੇ ਆਉਣ ਤੋਂ ਜਨਾਬ ਅਲੀ, ਸੁਬਹ ਕਿੰਨੇ ਵਜੇ ਸੂਈ ਆਈ ਸਰ? ਇਹ ਜੀ ਸੂਈ ਹੈ 12 ਵਜੇ ਤੇ ਉਸ ਤੋਂ ਪਹਿਲੇ ਬਹਿੰਦੀ ਨਹੀਂ ਪਈ ਸੀ, 11:30 ਵਜੇ ਗਾਂ ਦੀ ਚੁਆਈ ਕੀਤੀ ਫਿਰ ਗਾਂ ਬੈਠੀ ਹੈ। ਮਜਬੂਰਨ 11:30 ਵਜੇ ਆਈ ਸਾਹਿਬ ਨੂੰ ਚੁਆਈ ਕਰਨੀ ਪਈ, ਕਿਉਂਕਿ ਉਹਦੀ ਵਜ੍ਹਾ ਹੈ ਕਿ ਇਹ ਗਾਵਾਂ 1 ਮਿੰਟ ਨਹੀਂ ਉੱਤੇ ਬਰਦਾਸ਼ਤ ਕਰ ਸਕਦੀਆਂ, ਅਗਰ ਉੱਤੇ ਕਰਨਗੀਆਂ ਇੰਨੀ ਗਰਮੀ ਦੇ ਟੈਂਪਰੇਚਰ ਦੇ ਵਿੱਚ ਜਾਨਵਰ ਨੂੰ ਮਸਲਾ ਬਣ ਸਕਦਾ ਦੋਸਤੋ, ਚੋਣੀ ਮਜਬੂਰੀ ਬਣ ਗਈ ਸੀ ਕਿਉਂਕਿ ਮੈਂ ਲੇਟ ਪਹੁੰਚ ਰਿਹਾ ਸਾਂ। ਔਰ ਮਾਸ਼ਾਅੱਲਾ ਮਾਸ਼ਾਅੱਲਾ ਗਾਂ ਪੂਰੀ ਮੇਰੇ ਵੀਰਾਂ ਦੇ ਸਾਹਮਣੇ, ਔਰ ਬੜਾ ਆਰਡਰ ਕੁਆਲਿਟੀ ਦੀ ਮਾਲਕ ਔਰ ਜਿਹਨੂੰ ਕਿਹਾ ਜਾਂਦਾ ਵਾਕਈ ਗਾਂ ਦਾ ਬੱਚਾ, ਇਹਨਾਂ ਨੂੰ ਕਿਹਾ ਜਾਂਦਾ ਜਿੰਡੀਅਰ ਗਾਵਾਂ, ਔਰ ਇਹਨਾਂ ਗਾਵਾਂ ਨੇ ਮੇਰਾ ਭਰਾ ਦੋਸਤ ਇਹਨਾਂ ਨੂੰ ਮਾਹੌਲ ਪੂਰਾ ਦੇਣ ਵਾਲਾ ਆ, ਪੂਰੀ ਇਹਨਾਂ ਦੀ ਕੇਅਰ ਕਰਨ ਵਾਲਾ ਆ, ਪੂਰਾ ਜਾਨਵਰ ਨੂੰ ਸੰਭਾਲਣ ਵਾਲਾ ਆ। ਜੋ ਗਾਵਾਂ ਦੀ ਨਸਲ ਹੈ ਅੱਲਾ ਦੇਖੋ ਨਾ, ਇਹਨਾਂ ਤੋਂ ਮਣ ਦੁੱਧ ਵੀ ਲੈ ਸਕਦੇ ਇੱਕ ਗਾਂ ਤੋਂ, ਕਿਉਂਕਿ ਗਾਵਾਂ ਦੀ ਨਸਲ ਮਣ ਦੁੱਧ ਦੇਣ ਵਾਲੀ ਹੈ, ਬਾਕੀ ਕੇਅਰ ਤੇ ਜਾਨਵਰ ਨੇ ਦੇਣਾ। ਉਹ ਸਿਆਣੇ ਕਹਿੰਦੇ ਨੇ ਕਿ ਪੁੱਤਰ ਨੂੰ ਖਵਾਓ ਨਾ ਤੇ ਕਦੇ ਜਵਾਨ ਨਹੀਂ ਛੇਤੀ ਹੁੰਦਾ, ਔਰ ਜਨਾਬੇ ਲਈ ਫਸਲ 'ਚ ਪਾਈਏ ਨਾ ਕਦੇ ਰਿਆਲੀ ਨਹੀਂ ਆਉਂਦੀ ਦੋਸਤੋ, ਤਾਂ ਨਾ ਕਦੇ ਉਹਦੇ 'ਚ ਜਨਾਬੇ ਲਈ ਔਸਤ ਆਉਂਦੀ ਹੈ। ਜਾਨਵਰ ਨੂੰ ਖਵਾਈਏ ਨਾ ਤੇ ਕਦੇ ਵੀ ਦੋਸਤੋ ਬੰਦਾ ਉਹਦੇ 'ਚੋਂ ਖੱਟ ਨਹੀਂ ਸਕਦਾ। ਇਹ ਚੀਜ਼ਾਂ ਐਸੀਆਂ ਨੇ ਕਿ ਜੋ ਇਹਨਾਂ 'ਚ ਪਾਓਗੇ ਉਨਾ ਹੀ ਅੱਲਾ ਦੇ ਗੁਣਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਰਿਜ਼ਲਟ ਦੇਗਾ, ਕਿਉਂਕਿ ਅੱਲਾ ਤਾਲਾ ਦੇ ਕਰਮ ਤੇ ਫਜ਼ਲ ਦੇ ਨਾਲ ਜਨਾਬੇ ਲਈ ਜਾਨਵਰ ਮੇਰਾ ਜਿਹੜਾ ਵੀਰ ਲੈ ਗਿਆ, ਅੱਲਾ ਦੇ ਗੁਣਾ ਜੋ ਇਹਨਾਂ ਨੂੰ ਪਾਵੇਗਾ ਅੱਗੋ ਸੁਬਹ ਹੀ ਦੱਸਣਗੀਆਂ। ਤਰੀਫ ਮੇਰੇ ਸੁਣ ਸੱਚੇ ਰੱਬ ਦੀ ਹੈ, ਉਹਦੀ ਬਣਾਈ ਸ਼ਾਇਦ ਹੀ ਇਨਸ਼ਾਅੱਲਾ ਤਾਲਾ ਪੂਰੀ ਸਿਫਤ ਕਰਾਂਗੇ। ਇਹਦੇ ਵੀ ਇਸ ਟਾਈਮ ਚੁਆਈ ਹੋਈ ਖੜੀ ਗਾਂ ਦੀ, ਦੱਸਦਾ ਜਾਵਾਂ ਚੁਆਈ ਹੋਈ ਹੋਈ ਹੈ, ਸਿਰਫ ਗਾਂ ਨੂੰ ਪਾਸ ਕਰਾਉਣਾ ਵੀਰਾਂ ਨੂੰ, ਤਸੱਲੀ ਕਰਾ ਦੇਣੀ ਹੈ ਕਿ ਗਾਂ ਦੇ ਥਣ ਰੈਡੀ ਨੇ ਦੋਸਤੋ, ਹਰ ਪਾਸੋਂ 16 ਨੇ। ਅਗਰ ਇਸ ਨਸਲ ਨੇ ਇਸ ਮਾਸ਼ਾਅੱਲਾ ਖੂਬਸੂਰਤੀ ਦੀ ਮਾਲਕ ਨੇ ਏਡੇ ਕੱਦ ਕਾਠ ਵਾਲੀ ਨੇ ਇਹ ਜੀ ਗਾਂ ਨੇ, ਅਗਰ ਦੁੱਧ ਦੋਸਤੋ ਅਗਰ 30-35+ ਨਹੀਂ ਦੇਣਾ, ਫਿਰ ਗਾਵਾਂ ਆਪਾਂ ਦੋਸਤੋ ਜਿੰਨੀਆਂ ਮਰਜ਼ੀ ਖਰੀਦ ਲਈਏ, ਪੂਰੇ ਜ਼ਿਲ੍ਹੇ ਕੀ ਪੂਰਾ ਪਾਕਿਸਤਾਨ ਵੀ ਫਰੋੜ ਲਈਏ ਤੇ ਗਾਵਾਂ ਕਿਸੇ ਨੂੰ ਦੁੱਧ ਨਹੀਂ ਦੇਣੇ। ਇਹ ਉਹ ਗਾਵਾਂ ਨਹੀਂ ਨੇ ਕਿ ਜਨਾਬੇ ਲਈ ਉੱਤੋਂ ਵੇਖਣ 'ਚ ਲੱਗਦੀਆਂ ਹੋਣ ਕਿ ਇਹਨਾਂ ਨੇ ਸ਼ੇਰ ਵੀ ਨਹੀਂ ਦੇਣਾ ਤੇ ਬੰਦੇ ਚੋ ਕੇ ਉਹਨਾਂ ਦੇ ਥੱਲੋ ਜਨਾਬੇ ਲਈ ਬਾਲਟੇ 3-3 ਪਾਰ ਲੈਂਦੇ ਨੇ, ਉਹ ਗੱਲਾਂ ਨਹੀਂ। ਅੱਲਾ ਦੇ ਕੋਲ ਜੋ ਜਾਨਵਰ ਦੀ ਨਸਲ ਹੈ ਉਹ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਮੇਰੇ ਵੀਰਾਂ ਦੇਖ ਲੈ ਮਗਰ ਦੋਸਤੋ ਵੱਛਾ, ਔਰ ਤਾਜ਼ਾ ਸੂਈ ਵੈਟ ਜੇਰ ਵੀ ਵਿਖਾ ਦਿੱਤੀ ਹੈ, ਗਾਂ ਨੇ ਪਾ ਲਈਏ 16 ਨੇ, ਸਾਰੀ ਗੱਲ ਹੈ ਬਹੁਤ ਚੁਆਈ ਕਰ ਲਈ। ਇਹ ਨਿਕਲੇ 2 ਸਿਰ, ਇਹ ਨਿਕਲੇ 4 ਸਿਰ, ਕਿਉਂਕਿ ਗਾਂ ਦੀ ਅੱਗੇ ਚੁਆਈ ਹੋ ਚੁੱਕੀ ਹੈ, ਬਾਲਟੀ ਮੁੱਦੀ ਕਰ ਵੀ ਰਿਹਾ ਹੈ। ਇਹ ਦੇ ਭੈਣੇ ਚੱਲ ਚੁਆਈ ਸ਼ੁਰੂ ਕਰਦੇ, ਇਹਦਾ ਥਣ ਪਾਸ ਕਰਾਉਣੇ ਨੇ ਵੀਰਾਂ ਨੂੰ। ਇਹ ਪਹਿਲਾ, ਦੂਸਰਾ, ਅਗਲਾ ਜੀ, ਅੱਲਾ ਦੇ ਹੁਕਮ ਨਾਲ ਸੱਚ ਦੇ ਪੈਮਾਨੇ ਤੇ ਕੰਮ ਕਰਨਾ। ਸੱਚ ਜਿਹੜਾ ਨਾ, ਮੈਂ ਆਪਣੇ ਵੀਰਾਂ ਦੋਸਤਾਂ ਨੂੰ ਦੱਸਦਾ ਜਾਵਾਂ, ਉਹ ਖੂਹ ਦੇ ਵਿੱਚ ਵੀ ਨੱਪ ਦਿਆਂਗੇ ਨਾ ਤੇ ਇਨਸ਼ਾਅੱਲਾ ਤਾਲਾ ਉੱਤੇ ਆ ਜਾਏਗਾ। ਉਹ ਕਿਉਂ ਆ ਜਾਏਗਾ? ਕਿਉਂਕਿ ਸੱਚ 'ਚ ਤਾਕਤ ਹੁੰਦੀ ਹੈ, ਸੱਚ ਕਦੇ ਵੀ ਛੁਪਾਇਆ ਛੁਪਦਾ ਨਹੀਂ। ਅੱਲਾ ਦੇ ਹੁਕਮ ਨਾਲ ਇਸ ਗਾਵਾਂ ਦੀ ਨਸਲ ਜਿਹੜੀਆਂ ਉਹ ਮੇਰੇ ਵੀਰਾਂ ਨੂੰ ਵਾਜ਼ਾ ਨਜ਼ਰ ਆਉਂਦੀਆਂ ਪਈਆਂ ਨੇ। ਸਿਆਣੇ ਕਹਿੰਦੇ ਨੇ ਕਿ ਜਿਸ ਪਿੰਡ 'ਚ ਵੜੀਏ ਉਸ ਪਿੰਡ ਤਾਈਆਂ ਵਾਲੇ ਦਾ ਜਨਾਬੇ ਲਈ ਪਰਾਲੀ ਤੋਂ ਪਤਾ ਲੱਗ ਜਾਂਦਾ ਹੈ। ਜਾਨਵਰ ਦੀ ਨਸਲ ਦਾ, ਜਾਨਵਰ ਦੀ ਗੱਲਬਾਤ ਦਾ, ਜਾਨਵਰ ਦੇ ਜਨਾਬੇ ਲਈ ਪ੍ਰਿੰਟ ਤੋਂ ਔਰ ਜਾਨਵਰ ਦੇ ਕੱਦ ਕਾਠ ਤੋਂ ਔਰ ਜਾਨਵਰ ਦੇ ਲਿਬਾਸ ਤੋਂ ਪਤਾ ਲੱਗ ਜਾਂਦਾ ਹੈ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ। ਔਰ ਤਸੱਲੀਆਂ ਕਰ ਲੈਣ ਮੇਰੇ ਵੀਰ, ਪੂਰੀਆਂ ਤਸੱਲੀਆਂ ਕੈਮਰਾਮੈਨ ਸਭ ਕਰਾ ਦੇਣੀਆਂ ਨੇ, ਕੋਈ ਵੀ ਗੱਲ ਵੀਰਾਂ ਦੀ ਨਜ਼ਰ ਤੋਂ ਜਲ ਨਹੀਂ ਰਹਿਣ ਦੇਣੀ। ਇਹ ਅੱਗੇ ਚੁਆਈ ਹੋ ਚੁੱਕੀ ਹੈ, ਇਹ ਗੱਲਾਂ ਬਾਤਾਂ ਵਾਲਾ ਨਹੀਂ ਕਿ ਕਹਿ ਦਈਏ ਚੁਆਈ ਹੋ ਗਈ ਹੈ, ਚੁਆਈ ਹੋਈ ਨਾ ਹੋਵੇ, ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਖਰੀ ਗੱਲ 100% ਹੈ। ਔਰ ਮੇਰੇ ਕੈਮਰਾਮੈਨ ਸਭ ਤਸੱਲੀਆਂ ਕਰਾ ਰਹੇ ਨੇ, ਗਾਂ ਦਾ ਇਹ ਦਾਅਵੇ ਨਾ ਮੈਂ ਕਹਾਂਗਾ 12 ਨੂੰ ਟੈਂਪਰੇਚਰ ਦਾ ਇਹਦਾ ਪੂਰਾ, ਕਿਉਂਕਿ ਗਾਂ ਟੈਂਪਰੇਚਰ ਕਰੇਗੀ ਨਹੀਂ, ਪਰ ਮਾਹੌਲ ਦੋਸਤੋ ਦੇਣਾ ਪੈਣਾ, ਕਿਉਂਕਿ ਜੇ ਜੀ ਚੀਜ਼ ਹੋਵੇਗੀ ਉਹ ਜਾਂ ਮਾਹੌਲ ਦੇਣਾ ਪਏਗਾ। ਇੱਕ ਆਪਾਂ ਦੋਸਤੋ ਮਹਿਰਾਨ ਲੈ ਲੈਂਦੇ ਹਾਂ, ਇੱਕ ਲੈ ਲੈਂਦੇ V8 ਜਿਹੜੀ ਲੈਂਦੇ ਹਾਂ 4 ਕਰੋੜ ਦੀ ਜਾਂ 5 ਕਰੋੜ ਦੀ ਗੱਡੀ, ਉਹਨੂੰ 5 ਕਰੋੜ ਤਰ੍ਹਾਂ ਰੱਖਣਾ ਪੈਂਦਾ। ਜਿਹੜੀ ਸ਼ੈ ਲੈ ਲੈਂਦੇ ਆਪਾਂ ਦੋਸਤੋ ਜਨਾਬੇ ਲਈ ਮਹਿਰਾਨ,
12 ਲੱਖ ਦੀ ਉਹਨੂੰ 12 ਲੱਖ ਤਰ੍ਹਾਂ ਰੱਖਣਾ ਪੈਂਦਾ। ਇਸ ਗਾਵਾਂ ਦੀ ਜੋ ਨਸਲ ਹੈ, ਇਹਨਾਂ ਗਾਵਾਂ ਨੂੰ ਮੇਰਾ ਕੋਈ ਵੀਰ ਫਾਰਮਰ ਖੁੱਲ੍ਹਾ ਛੱਡੇਗਾ, ਪੂਰਾ ਮਾਹੌਲ ਦੇਗਾ, ਗਾਵਾਂ ਦੀ ਪੂਰੀ ਕੇਅਰ ਕਰੇਗਾ। ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਗਾਵਾਂ ਤੋਂ ਆਪਦੇ ਆਰਡਰ ਕੁਆਲਿਟੀ ਲੈ ਕੇ ਟੁਰਿਆ ਨਹੀਂ ਜਾਣਾ। 3 ਟਾਈਮ ਚੁਆਈ ਕਰਾਉਣ ਵਾਲੀਆਂ ਗਾਵਾਂ ਨੇ ਦੋਸਤੋ, ਇਹ ਓਰਿਜਨਲ ਜੋ ਚੀਜ਼ਾਂ ਨੇ, ਗੱਲਾਂ ਮੇਰੇ ਵੀਰਾਂ ਸਾਹਮਣੇ ਨੇ। ਭਾਅ ਜੀ ਬਾਲਟੀ ਦੇ ਦਿਆ ਜੋ ਮੁੰਡੇ ਨੂੰ, ਸਾਨੂੰ ਇੰਨੀ ਉਮੀਦ ਨਹੀਂ ਸੀ ਕਿਉਂਕਿ ਗਾਂ ਅੱਗੇ ਚੁਆਈ ਹੋ ਚੁੱਕੀ। ਅੱਗੇ ਆਈ ਸਾਹਿਬ ਨੇ ਬੋਲਾ ਕੱਢਿਆ, ਆਈ ਸਾਹਿਬ ਪਹਿਲਾ ਬੋਲਾ ਅੱਗੇ ਕਿੰਨਾ ਕੱਢਿਆ ਜੋ, ਜਿਹੜਾ 10 ਕਿਲੋ ਆਈ ਸਾਹਿਬ ਆਂਦੇ ਨੇ ਚੋਇਆ। ਲੋਕਾਂ ਤਰ੍ਹਾਂ ਨਹੀਂ ਆਖਣਗੇ 40 ਕਿਲੋ ਚੋਇਆ ਜੀ, ਗਾਂ ਦੱਸ ਕੇ 40 ਦੱਸਣਾ। ਪਰ ਅੱਜ ਨੇ ਉਹ ਗੱਲ ਕੀਤੀ ਹੈ ਕਿ ਜਿਹੜੀ ਅਲਹਮਦੁਲਿਲਾ ਉਹਨੇ ਚੋਇਆ ਔਰ ਕੀਤਾ, ਔਰ ਜਿਹੜੀ ਗੱਲ 'ਚ ਵਜ਼ਨ ਹੋਏਗਾ ਹਮੇਸ਼ਾ ਬਾਲਟੀ ਮੂਤੀ ਕਰਨੀ ਚੱਲ ਵੀ ਰਹੇ। ਗਾਵਾਂ ਦੀ ਚੁਆਈ ਦਾ ਟਾਈਮ ਹੈ, ਗਾਵਾਂ ਦੀ ਚੁਆਈ ਆਈ ਸਾਹਿਬ ਕਰਦੇ ਪਏ ਨੇ, ਇੱਕ ਦੇ ਥਣ ਪਾਸ ਕਰਾ ਦਿੱਤੇ ਨੇ, ਦੂਸਰੀ ਗਾਂ ਦੀ ਚੁਆਈ ਕਰਾਉਂਦੇ ਪਏ ਆ। ਬਾਲਟੀ ਕਿੰਨੇ ਕਿਲੋ ਦੀ ਆਈ ਸਾਹਿਬ ਆਪਣੇ? 7 ਲੀਟਰ ਠੰਡਾ ਪੈਂਦਾ, 7 ਲੀਟਰ ਠੰਡਾ ਪੈਂਦਾ ਵੀ ਮਿਨੀਆਂ ਬਾਲਟੀਆਂ। ਤੇ ਗਰਮ ਕਿੰਨਾ ਹੋਵੇਗਾ ਤੁਹਾਡੇ ਅੰਦਾਜ਼ੇ ਨਾਲ? 6 ਕਿਲੋ ਹੋਣਾ। 6 ਕਿਲੋ ਗਰਮ ਹੋਣਾ, ਠੀਕ ਹੋ ਗਿਆ ਦੋਸਤੋ। 6 ਕਿਲੋ ਗਰਮ ਹੋਣਾ ਹੈ। ਗੜਵੀਆਂ ਮਾਰਨ ਦੀ ਵੀ ਲੋੜ ਕੋਈ ਨਹੀਂ ਦੋਸਤੋ, ਇਹ ਗਾਵਾਂ ਗੜਵੀਆਂ ਦੇ ਮੁਤਾਜ ਨਹੀਂ ਨੇ, ਗੜਵੀਆਂ ਇਹਨਾਂ ਦੀਆਂ ਮੁਤਾਜ ਨੇ, ਕਿਉਂਕਿ ਇਹ ਗਾਵਾਂ ਉਹ ਨੇ ਕਿ ਜਿਨ੍ਹਾਂ ਨੇ ਪੈਮਾਨੇ ਖਤਮ ਕਰ ਦਿੱਤੇ ਨੇ, ਬੰਦਿਆਂ ਦੀਆਂ ਸੋਚਾਂ ਖਤਮ ਕਰ ਦਿੱਤੀਆਂ ਨੇ, ਜਿਨ੍ਹਾਂ ਨੇ ਬੰਦਿਆਂ ਨੂੰ ਰਜਾ ਦਿੱਤਾ। ਇਹ ਉਹ ਜਾਨਵਰ ਨੇ, ਇਹ ਉਹ ਬਰੀਡਾਂ ਨੇ ਕਿ ਜਿਨ੍ਹਾਂ ਨੇ ਜਿਹੜੇ ਘਰ ਦੇ ਵਿੱਚ ਪੂਰੀ ਵੀਰਾਂ ਨੇ ਕੇਅਰ ਕੀਤੀ ਹੈ, ਇਹਨਾਂ ਨੂੰ ਪੂਰਾ ਸੰਭਾਲਿਆ ਅੱਲਾ ਦੇ ਹੁਕਮ ਨਾਲ, ਇਹਨਾਂ ਨੇ ਉਹਨਾਂ ਨੂੰ ਰਜਾ ਦਿੱਤਾ ਅੱਲਾ ਦੇ ਹੁਕਮ ਨਾਲ। ਇਹ ਉਹ ਗਾਵਾਂ ਨੇ ਦੋਸਤੋ, ਔਰ ਤਸੱਲੀ ਬਖਸ਼ ਜਾਨਵਰ ਨੇ, ਪੂਰੇ ਖਰਾ ਸੋਨਾ। ਜਿਹੜਾ ਮੇਰਾ ਵੀਰ ਕਹਿੰਦਾ ਨਾ ਕਿ ਜਵੇਦ ਬਾਈ ਲੈਣਾ ਵੀ ਖਰਾ ਸੋਨਾ, ਤੇ ਲੈਣਾ ਵੀ ਚੰਗਾ, ਤੇ ਉਹ ਲੈਣਾ ਕਿ ਜਿਹੜਾ ਜਨਾਬੇ ਲਈ ਘਰੇ ਲਵੇ ਤੇ ਵੀਰ ਵੇਖਣ ਔਰ ਕਹਿਣ ਕਿ ਵਾਕਈ ਚੰਗਾ ਜਾਨਵਰ ਹੈ। ਇੰਜ ਨਹੀਂ ਕਿ ਡਾਲੇ ਚ ਲਦੀਜ ਚ ਘਰੇ ਆਪਣੇ ਤੇ ਘਰੋਂ ਲਾਹਣ ਨੂੰ ਦਿਲ ਨਾ ਕਰੇ, ਕਰਦਿਆਂ ਦਾ ਆਖਣਾ ਇਹਨੇ ਲੈ ਕੀ ਲਿਆ, ਵੀਡੀਓ ਤੇ ਕੀ ਵੇਖ ਕੇ ਤੇ ਇੱਥੇ ਕੀ ਵੇਖ ਕੇ ਛਾਪਾ ਆ ਗਿਆ, ਉਹ ਗੱਲ ਨਹੀਂ। ਪੂਰੀ ਗਾਂ ਦੇ ਬੱਚੇ ਜਿੰਡੀਅਰ ਗਾਵਾਂ ਜਿਹਨਾਂ ਨੂੰ ਕਿਹਾ ਜਾਂਦਾ, ਮੈਂ ਆਪਣੇ ਵੀਰਾਂ ਨੂੰ ਦੱਸਾਂਗਾ, ਇਹ ਤੁਹਾਡਾ ਰੂਹ ਖੁਸ਼ ਕਰਨਗੀਆਂ ਅੱਲਾ ਦੇ ਹੁਕਮ ਨਾਲ। ਗਾਂ ਦਾ ਬੱਚਾ ਵਿਖਾਣਾ ਵੀਰਾਂ ਨੂੰ, ਇੰਜ ਨਹੀਂ ਕਿ ਗਾਂ ਜਿਹੜੀ ਨੱਥੂ ਖੈਰੂ ਜਿਹੜੀ ਲੱਭੀ ਲਾ ਦਿੱਤੀ। ਤੁਹਾਡਾ ਦੇਸ਼ ਪੰਜਾਬ ਟੀ ਨੇ ਖਰਾ ਕੰਮ ਕੀਤਾ, ਖਰਾ ਜਾਨਵਰ ਲਾਇਆ, ਔਰ ਇਹਨਾਂ ਦੀਆਂ ਗਰੰਟੀਆਂ 40 ਲੀਟਰ ਦੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ। 40 ਲੀਟਰ ਲੈਣ ਵਾਸਤੇ ਦੋਸਤੋ 40 ਲੀਟਰ ਵਾਲੀ ਕੇਅਰ ਕਰਨੀ ਪੈਣੀ ਹੈ। ਗਾਂ ਭਾਵੇਂ ਤੁਹਾਨੂੰ ਦੇ ਦਿਆਂਗੇ 50 ਲੀਟਰ ਵਾਲੀ, ਕੇਅਰ ਨਾ ਕਰੋਗੇ ਉਹਨੇ ਤੁਹਾਡੇ ਕੋਲ 50 ਦੋਸਤੋ ਕੋਈ ਨਹੀਂ ਦੇਣਾ, ਕਿਉਂਕਿ ਇਹਦਾ ਰਿਕਾਰਡ ਹੈ। ਪਿਛਲੇ ਸੂਬੇ ਮੈਂ ਇਹ ਵਹਿੜ ਵੇਚੀ ਹੈ, 38 ਲੀਟਰ ਦੁੱਧ ਕਰਦੀ ਰਹੀ ਪਹਿਲੇ ਸੂਬੇ, ਪਿਛਲੇ ਸੂਬੇ ਵੀ ਰਿਕਾਰਡ ਹੈ। ਮੈਂ ਹਾਂ ਮੈਂ ਵੇਚੀ, ਦੂਸਰੇ ਸੂਬੇ ਵੀ ਆਪਾਂ ਮੈਂ ਵੇਚੀ, ਹਾਂਜੀ ਖਰੀਦੀ, ਫਿਰ ਮੈਂ ਇਨਸ਼ਾਅੱਲਾ ਹੁਣ ਵੇਚਣੀ 38-37 ਕਿਲੋ। ਪਹਿਲੇ ਸੂਬੇ ਕਰਦੀ ਰਹੀ, ਇੰਨੀ ਗਰਮੀ, ਇੰਨਾ ਟੈਂਪਰੇਚਰ ਵੇਖੋ, ਗਾਂ ਦੇ ਰਿਕਾਰਡ ਚੁਆਈ ਚ ਵੀ ਗਰਮ ਹੁੰਦਾ ਡੰਗਰ, ਉਹ ਕਿਸੇ ਪਾਸੇ ਗਾਂ ਪਹਿਲੇ 10 ਲੀਟਰ ਬੋਲਾ ਕੱਢਿਆ ਅੱਲਾ ਦੇ ਹੁਕਮ ਨਾਲ, ਹੁਣ ਵੀ 12-13 ਕਿਲੋ ਹੈ। ਕਾਗਜ਼ੀ ਹਵਾਨਾ ਗਾਂ ਨੂੰ, ਕਾਗਜ਼ੀ ਨੁੱਚੜ ਗਿਆ, ਗੋਸ਼ਤ ਵਾਲਾ ਨਹੀਂ ਦੋਸਤੋ। ਔਰ ਮੇਰੇ ਵੀਰਾਂ ਸਾਹਮਣੇ 2 ਬਾਲਟੇ ਕੱਢ ਲੈਣੇ, ਕੈਮਰਾਮੈਨ ਸਾਹਿਬ ਉੱਥੇ ਖੜੋ ਕੇ ਦੋਵਾਂ ਦੀ ਤਸਵੀਰ ਮਾਲ ਬਾਲਟੀਆਂ ਨਾਲ ਆ ਗਈਆਂ। ਬਹੁ ਇੱਧਰ ਇੱਧਰ ਆਇਆ, ਇੱਥੇ ਬਹਿ ਕੇ ਬਣਾ ਲੈ, ਬੱਚਾ ਥੱਲੇ ਚੜ੍ਹਦੇ ਗਾ, ਬੱਚੇ ਦੇ ਨਾਲ ਜਿਹੜਾ ਅਗਲਾ ਥਾਣ ਮੂੰਹ ਚ ਪਾ ਦੇ। ਮਾਸ਼ਾਅੱਲਾ ਇੱਥੇ ਆ ਕੇ ਤਸਵੀਰ, ਦੋ ਗਾਵਾਂ ਦੇ ਵਿਊ ਲੈਣਾ, ਦੋ ਗਾਵਾਂ ਦੀ ਮਾਸ਼ਾਅੱਲਾ ਤਸਵੀਰ ਬੜੀ ਪਿਆਰੀ ਆਵੇਗੀ। ਅਗਲਾ ਥਾਣ ਮੂੰਹ ਚ ਪਾ ਕੇ ਸਾਈਡ ਤੇ ਉੱਠ ਜਾਏ ਭਾਈ ਜਾਨ, ਇੱਥੇ ਆ ਜਾਓ, ਇੱਥੇ ਬਹਿ ਕੇ ਦੋ ਤਾਂ ਬਣਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਲਾ ਦੇ ਹੁਕਮ ਨਾਲ ਤੁਹਾਨੂੰ ਜਾਨਵਰ ਵਿਖਾਣਾ, ਕੱਢ ਕੱਢ ਕੇ ਤੁਹਾਡੇ ਵਾਸਤੇ ਲੈਣਾ, ਜਿਹੜਾ ਤੁਹਾਡਾ ਰੂਹ ਖੁਸ਼ ਕਰਦੇ ਹੈ ਜੀ, ਸ਼ੈ ਵਿਖਾਣੀ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ। ਤਸੱਲੀ ਕਰਾ ਦਿੱਤੀ ਹੈ, ਬਾਕੀ ਸਾਰੀਆਂ ਗੱਲਾਂ ਭਾਈ ਸਾਹਿਬ ਨਾਲ ਹੋ ਜਾਣਗੀਆਂ, ਔਰ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਭਾਈ ਸਾਹਿਬ ਵੀ ਗੱਲ ਉਹ ਕਰਨਗੇ, ਕਿਉਂਕਿ ਖੁਦ ਇਸ ਗੱਲ ਨੂੰ ਸਮਝਦੇ ਨੇ ਕਿ ਗੱਲ ਖਰੀ 'ਚ ਵਜ਼ਨ ਹੁੰਦਾ, ਜਨਾਬੇ ਝੂਠੀ 'ਚ ਕੋਈ ਵਜ਼ਨ ਨਹੀਂ ਹੁੰਦਾ, ਭਾਵੇਂ ਅਸੀਂ ਜਿੰਨੇ ਮਰਜ਼ੀ ਮਰ ਜਾਈਏ। ਅਸਲਾਮ ਵਾਲੇਕਮ ਭਾਈ ਜਾਨ, ਵਾਲੇਕਮ ਸਲਾਮ। ਭਾਈ ਸਾਹਿਬ ਗਾਂ ਦੀ ਤਸੱਲੀ ਕਰਾ ਦਿੱਤੀ, ਗਾਵਾਂ ਦੋ ਨੇ ਮੇਰਾ ਰੂਹ ਖੁਸ਼ ਕੀਤਾ, ਵਿਕਣਾ ਨਾ ਵਿਕਣਾ ਨਹੀਂ, ਕੋਈ ਅੱਲਾ ਦੇ ਇਖਤਿਆਰ 'ਚ ਲੈਣਗੇ, ਰੋਜ਼ੀ ਰੋਟੀ ਜੋ ਤੇਰੇ ਬੱਚਿਆਂ ਦੀ ਹੈ ਉਹ ਅੱਲਾ ਨੇ ਤੈਨੂੰ ਦੇਣੀ ਦੇਣੀ ਹੈ। ਔਰ ਜਾਨਵਰ ਆਪਾਂ ਵਿਖਾ ਦਿੱਤੇ ਨੇ, ਜਾਨਵਰ ਆਪਣੇ ਖਰੇ ਨੇ, ਇਹਦੇ 'ਚ ਸ਼ੱਕ ਕੋਈ ਨਹੀਂ, ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ। ਅੱਛਾ ਭਾਈ ਸਾਹਿਬ, ਗਾਵਾਂ ਦਾ ਸੂਆ ਕਿਨਵਾ ਦੋਵੇਂ ਹੀ ਦੂਜਣਾ ਨੇ ਯਾਰ, ਦੋਵੇਂ ਦੂਜਣਾ, ਜਿਹੜੀ ਆਪਾਂ ਰੈਡ ਫ੍ਰੀਜ਼ਨ ਚੋਲਸਤਾਨੀ ਵਿਖਾਈ ਆਪਣੀ ਗਾਂ ਕਿੰਨੇ ਦਿਨ
ਕਿਵੇਂ ਲੈਂਦੀ ਸੂਟ? ਉਹ ਜੀ ਮਾਸ਼ਾਅੱਲਾ ਜਿੰਨਾ ਆਰਡਰ ਕੁਆਲਿਟੀ ਹੋ ਕੀਤੀ ਖੜੀ, ਕਸਰ ਨਹੀਂ ਛੱਡੀ ਖੜੀ ਜੀ ਜੀ। ਜਿਹੜੇ ਦਿਨ ਇਹਨੇ ਲੈਣੇ ਨੇ ਨਫੇ ਦੇ ਨਫੇ ਦੇ, ਦੋ ਲਵੇ, ਤਿੰਨ ਲਵੇ, ਸੁਬਾ ਸੂਪ ਹੋਵੇ, ਪਰਸੋਂ ਸੂਪ ਹੋਵੇ, ਪੰਜ ਲੈ ਜਾਵੇ, ਯਾਨੀ ਕਿ ਗਾਂ ਨੇ ਬਣਦਾ ਹੀ ਜਾਣਾ ਮਿੰਟ ਦੇ ਬਾਅਦ ਇਨਸ਼ਾਅੱਲਾ। ਹਰ ਘੰਟੇ ਬਾਅਦ ਬੰਨੇ ਇੱਥੇ ਆ ਤੇ ਗਾਂ ਘੰਟੇ ਹੀ ਬਣਦੀ, ਘੰਟਿਆਂ 'ਚ ਬਣਦੀ, ਕਿਉਂਕਿ ਇਹ ਵਕਤ ਐਸਾ ਹੁੰਦਾ ਕਿ ਜਾਨਵਰ ਦਾ ਆਦਾ ਦਾ ਰੂਜ ਵਿਖਾਦਾ ਪੂਰਾ ਇਨਸ਼ਾਅੱਲਾ। ਅੱਛਾ ਗਾਂ ਆਪਾਂ ਪੂਰੀ ਵਿਖਾ ਦਿੱਤੀ, ਥਣਾਂ ਦੀ ਤਸੱਲੀ ਦੇ ਦਿੱਤੀ, ਯਾਰ ਦੇਖ ਲਓ ਫਿਰ ਵੀ ਜਿਹੜਾ ਮੇਰਾ ਦੋਸਤ ਮੌਕੇ ਜਾਵੇ ਗੱਬਰ ਖੜੀ ਸਹੀ ਕਰ ਲਵੇ ਫਿਰ ਵੀ। ਅੱਛਾ ਉਹ ਚੋਤੇ ਰਹੇ ਜਿਹੜਾ ਮੇਰਾ ਕਬੀਰ ਕਹਿੰਦਾ ਕਿ ਜਵੇਦ ਭਾਈ ਆਪਾਂ ਸੂਈ ਤੋਂ ਲਿਜਾਣੀ ਆਪਾਂ, ਅਸੀਂ ਫਿਰ ਵੀ ਸਹੀ ਬਿਆਨ ਆ ਜਾ ਸੂਈ ਤੋਂ ਲੈ, ਕੋਈ ਗੱਲ ਸਹੀ ਬਿਆਨ ਆ ਜਾ ਸੂਈ ਤੋਂ ਲੈ। ਆਈ ਸਾਹਿਬ ਗਾਂ ਦਾ ਪਿਛਲਾ ਰਿਕਾਰਡ ਕੀ ਹੈਗਾ ਜੀ? 22 ਤੋਂ 24 ਲੀਟਰ ਦੁੱਧ ਕਰਦੀ ਰਹੀ ਪਹਿਲੇ ਸੂਏ, ਪਹਿਲੇ ਸੂਏ 22 ਤੋਂ 24 ਲੀਟਰ ਦੁੱਧ ਕਰਦੀ ਰਹੀ, ਇਸ ਵਾਰ ਇਨਸ਼ਾਅੱਲਾ 30 ਲੀਟਰ ਪਲੱਸ 30 ਲੀਟਰ ਕਰੇਗੀ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ। ਅੱਲਾ ਨੇ ਸ਼ਾਇਦ ਆ। ਅੱਛਾ ਆਈ ਸਾਹਿਬ ਉਹਦਾ ਪਿਆਰ ਮੁਹੱਬਤ ਤੇ ਚਾਹਤ ਵਾਲਾ ਪਹਿਲੇ ਰੈਡ ਫ੍ਰੀਜ਼ਨ ਦਾ ਰੇਟ ਕਰ ਦਿਓ ਕਿ ਜਿਹੜਾ ਆਪਾਂ ਭਰਾਵਾਂ ਤੋਂ ਲੈਣਾ ਹੈ ਮੁੱਲ ਭਾਵੇਂ 10 ਲੱਖ ਮੰਗ ਲਈ ਜਵੇਦ ਭਾਈ ਸਾਹਿਬ ਲੱਭਣਾ ਕੋਈ ਨਾ ਕਿਸੇ ਨੇ ਦੇਣਾ ਹੈ ਮਾਲ ਦਾ ਮੁੱਲ ਹੀ ਇਨਸ਼ਾਅੱਲਾ। ਇਹ ਗੱਲ ਤਸਲੀਮ ਕਰਨਗੇ ਕੈਮਰੇ ਦੀ ਅੱਖ ਨੇ ਵੇਖੀ, ਤੇਰੀ ਅੱਖ ਨੇ ਵੇਖੀ, ਮੇਰੀ ਅੱਖ ਨੇ ਵੇਖੀ, ਯਾਨੀ ਕਿ ਹਰ ਚੀਜ਼ ਦੀ ਤਸੱਲੀ ਕਰਾਈ, ਤਸੱਲੀ ਕੀਤੀ ਔਰ ਜਿਸ ਘਰ 'ਚ ਜੇ ਘਰ ਵੀ ਫੱਬੇਗਾ ਸ਼ੌਕ ਵੀ ਪੂਰਾ ਤੇ ਗਵਾਲ ਵੀ ਪੂਰੀ, ਗਵਾਲ ਵੀ ਪੂਰੀ ਔਰ ਚੰਗੀ ਸ਼ੈ ਲੈਣ ਵਾਲਾ ਉਹਨੇ ਕਿਹਾ ਚੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ ਬਾਰ। ਇਹ ਫੈਸਲੇ ਸੋਚ ਸਮਝ ਕੇ ਕਰਨੇ ਚਾਹੀਦੇ ਨੇ। ਅੱਛਾ ਜੀ ਵੱਛੀ ਦਾ ਮੁੱਲ ਕੀ? ਉਹਦਾ ਪੱਕਾ ਠੱਕਾ ਮੁੱਲ ਜਵੇਰ 4,75,000। 4,75,000 ਪੱਕਾ ਠੱਕਾ ਸ਼ਹਿਜ਼ਾਦਾ ਭਰਾ ਲੈ ਗਏ ਅੱਜ। ਮੈਂ ਕਿਤੇ ਦੱਸਾਂ ਮੇਰਾ ਕੋਈ ਵੀਰ ਲਵੇ ਨਾ ਲਵੇ ਉਹਨਾਂ ਦੀ ਮਰਜ਼ੀ, ਲੈਣ ਦੇਣ ਵਾਲਾ ਮੁੱਲ ਕਿਤੇ ਜਿਹੜਾ ਚੜਦੇ ਅਸਾਰ ਵਿਖ ਜਾਵੇ, ਖੁਦਾ ਜਾਣਦਾ ਕਿ ਜੇ ਜਾਨਵਰ ਦਾ ਮੁੱਲ ਹੈ ਜਾਂ ਕੋਈ ਵੀ ਨਹੀਂ ਕਰਦਾ, ਨਹੀਂ ਕਰਦੇ ਕੋਈ, ਪਰ ਪਿਆਰ ਮੁਹੱਬਤ ਫਿਰ ਵੀ ਆਪਾਂ ਕਰਨੀ ਹੈ। ਇੰਜ ਨਾ ਵੇਖੀ ਕਿ ਮੈਂ ਤੈਨੂੰ ਤਾਰੀਫ ਕਰ ਫਿਰ ਵੀ ਪਿਆਰ ਮੁਹੱਬਤ ਕਰਨੀ, ਕਰੇਗਾ ਯਾਰ ਹੋਵੇਂਗੇ ਫਿਰ ਵੀ ਕਰੀ। ਓਕੇ ਹੋ ਗਿਆ ਓਕੇ। ਅੱਛਾ ਜਾਨਵਰ ਜਿਹੜਾ ਆਪਾਂ ਵਿਖਾਈ ਆਪਣੀ ਗਾਂ ਡੱਬੀ ਜਿੰਦੀ ਬੋਲ ਆਪਾਂ ਪਹਿਲੇ, ਜਿਹੜਾ ਮਰਜ਼ੀ ਬੰਦਾ ਆਪਣਾ ਟੋਕਨ ਸਾਈ ਬਿਆਨਾ ਕਰ ਲਵੇ, ਗਰਮੀ ਬੜੀ ਮਾਲਕ ਤੇ ਬੜਾ ਪਿਛਲੇ ਸਾਲ ਚੋਦ ਰਿਹਾ, ਮੈਂ ਵੀ ਬੜਾ ਚੁਆ ਕੇ ਦਿੱਤਾ ਆਪਣੀ 30 ਲੀਟਰ ਦੀ ਗਰੰਟੀ ਹੋਵੇਗੀ, 8 ਦਿਨ ਬਾਅਦ ਆਪਣਾ 1,00,000 ਰੁਪਇਆ ਬਿਆਨਾ ਕਰੇ 30 ਲੀਟਰ ਚੁਆ ਕੇ ਗਾਂ ਲੋੜ 30 ਲੀਟਰ ਆਪਾਂ ਚੁਆ ਕੇ ਦਿਆਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 30 ਤੋਂ 32 ਲੀਟਰ ਚੁਆ ਕੇ, ਗਰਮੀ ਦਾ ਟੈਂਪਰੇਚਰ ਵੀ ਆਪਣੇ 50 ਤੱਕ ਕਰੇਗਾ, ਤੈਨੂੰ ਪਸੀਨਾ ਆਈ ਜਾਣਾ, ਤੈਨੂੰ ਆਈ ਜਾਣਾ 40-45 ਟਾਈਮ ਵੀ ਜਨਾਬ ਵੱਜੇ ਖੜੇ ਨੇ, ਇਸ ਟਾਈਮ ਵੀ ਅਗਲੇ 7 ਵਜੇ ਖੜੇ ਨੇ, ਪਸੀਨਾ ਹਾਲੇ ਵੀ ਚੁੱਟੀ ਨਹੀਂ। ਅੱਛਾ ਆਈ ਸਾਹਿਬ ਸਾਰੀ ਗੱਲ ਵੀਰਾਂ ਨੇ ਵੇਖ ਲਈ, ਤਸੱਲੀ ਕਰ ਲਈ, ਇਸ ਗਾਂ ਦਾ ਪੱਕਾ ਪਿਆਰ ਮੁਹੱਬਤ ਵਾਲਾ ਰੇਟ ਦੱਸ। ਇਹਦਾ ਪੱਕਾ ਪਿਆਰ ਮਤਲਬ 5,80,000 ਰੁਪਏ, 5,80,000 5,80,000 ਦੇ ਵਿੱਚ ਕੁੱਲ ਮੁਹੱਬਤਾਂ ਕਰਕੇ ਜਿਵੇਂ ਗਾਂ ਕੱਚ ਦੀ ਹੱਡੀਆਂ ਦੀ ਸਿਰਫ ਕੱਢ ਦੇ ਮੱਕਾ ਮੁੱਲ ਕਰ ਦੇ, ਚਲੋ ਸਿਰਫ ਵਾਲਾ 5,000 ਹੋਰ ਛੱਡ ਦੇ, 5,000 ਨਾ ਕਦੇ ਵਿੱਚ ਉਹਨੇ ਆਖਿਆ ਉੱਠ ਜਾਂਦਾ ਪਿਆ ਉਹਨਾਂ ਛੁਣੀ, ਚਲੋ ਕੋ ਹੋਰ 1,000 ਦੋ ਛੱਡ ਦਿਆਂਗੇ। ਅੱਛਾ ਤੇ ਐਡੇ ਜਾਨਵਰ ਵਿੱਚ 5,000 ਛੱਡ, ਅੱਜ ਇੰਜ ਦਾ ਪਿਆਰ ਕਰਦੇ ਯਾਰ, ਅੱਜ ਹੀ ਜਿੰਨੇ ਦਾ ਤੂੰ ਜਾਨਵਰ ਦੇਣਾ 70 ਹੋ ਗਿਆ ਜੀ, 70 ਹੋ ਗਿਆ, ਕੋਈ 70 ਚੋਰ ਵੀ ਪਿਆਰ ਮੁੱਲ ਹੁਣ ਬਸ ਗਾਂ ਵੀ ਛੱਡ ਗਈ ਜਨਾਬੇ ਲਈ 5,80,000 ਚ ਕਰਕੇ ਦੂਸਰਾ 5,70,000 ਰੁਪਏ 30 ਲੀਟਰ ਦੀਆਂ ਗਰੰਟੀਆਂ। ਕੋਈ ਆਈ ਸਾਹਿਬ ਕਹਿੰਦੇ ਨੇ ਮੈਨੂੰ ਟੋਕਰ ਬਿਆਨਾ ਕਰਾ ਦੇ, 8 ਦਿਨਾਂ ਬਾਅਦ ਚੁਆ ਕੇ ਦਿਆਂਗਾ, ਗੱਲਾਂ ਬਾਤਾਂ ਨਾਲ ਨਹੀਂ, ਅੱਲਾ ਦੇ ਹੁਕਮ ਨਾਲ ਪੱਕੀ ਗੱਲ। ਇਹ ਵੱਛੀ ਆਈ ਸਾਹਿਬ ਨੇ 22-23 ਦੱਸਿਆ, ਕੋਈ ਹੋਰ ਹੁੰਦਾ ਤੇ ਇਹਦਾ ਦੱਸਿਆ 30 ਲੀਟਰ ਪਹਿਲੇ ਸੂਏ ਦਾ, ਪਰ ਆਈ ਸਾਹਿਬ ਨੇ ਉਹ ਦੱਸਿਆ ਕਿ ਜਿਹੜਾ ਚੋਇਆ ਪੀਤਾ ਸਾਈਆਂ ਨੇ ਤੋਲਿਆ ਨਾਪਿਆ ਹੋਇਆ। ਸਾਰੀ ਗੱਲ ਆ ਗਈ, ਜਿਹੜਾ ਮੇਰਾ ਭਰਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ 0300 ਪੂਰਾ ਜੀ 510-4051, ਇਸੇ ਤੇ ਆਪਣਾ ਵਟਸਐਪ ਹੈ ਔਰ ਇਸੇ ਤੇ ਰਾਬਤਾ ਨੰਬਰ ਹੈ ਦੋਸਤੋ। ਜਿਹੜਾ ਮੇਰਾ ਵੀਰ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ 0300 ਪੂਰਾ ਜੀ 510-4051, ਇਸੇ ਤੇ ਭਰਾਓ ਵਟਸਐਪ ਨੰਬਰ ਹੈ ਔਰ ਇਸੇ ਤੇ ਰਾਬਤਾ ਨੰਬਰ ਹੈ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਨਿੰਜਾਜ਼ ਅੱਲਾ ਦੀਵਾਨ ਪਾਕਿਸਤਾਨ ਜ਼ਿੰਦਾਬਾਦ।